ربا صلی علی محمد و آل محمد الہی مجلس عزا قبول فرما جتنے ٹر رہے انہوں کا ٹر آیا قبول فرما تمام ذاکرین دا پڑھیا بما میں حقیر امام زمانہ عبادت شمار فرما بانیان دا خرچہ خراجات لنگر نظر نیاز اپنے دربار چ قبول تے منظور فرما میرا اللہ رباب دی اجڑی جھولی دا صدقہ جو بے اولاد انہوں نے اولاد نرینہ عطا فرما خصوصاً بابا قمر شان حیاتی اللہ پتر عطا فرما امام زمانہ دا جلد ظہور فرما دعاواں دی قبولیت نال قبولیت واسطے بابا زے بلند صلوات پڑھو مجمع کافی ہے صلوات سارے بابا زے بلند پڑھو امام زمانہ دی آمد و سلامتی واسطے بھی بابا زے بلند صلوات پڑھو نعرہ تکبیر علی دے خالق دا نام بلند ہے سارے مل کے چاہو نعرہ تکبیر نعرہ رسالت نعرہ رسالت نعرہ حیدری دوے ہاتھ بلند کر کے حیدری صلوات خلوص نال سارے باواز بلند پڑھو میرے بعد میرے بڑے بھائی تشریف فرمائیں کوئی لمبی مجلس نہیں دریا کو موج موج کو پھر آس دیتا ہے مہربانی دریا کو موج موج کو پھر آس دیتا ہے کون ہے جو اپنے ہونے کا احساس دیتا ہے پوری کائنات کو بغیر ہاتھوں کے خیرات یا اللہ دیتا ہے یا عباس دیتا ہے بڑی مہربانی صلوات اونچی آواز دینا پڑھو ماشاءاللہ لا حول ولا قوۃ الا باللہ العلی العظیم بسم اللہ الحمدللہ رب العالمین والعاقبۃ للمتقین والجنۃ للمؤمنین صلوات والا وسیع ہی و وزیر ہی و خلیفت ہی و وارث علم ہی علم الاولین والآخرین بلند صلوات الذی افضل مل عبادت سکلا نعرہ حیدری نائی جو بازار تے زینب دا صدقے صدقے واہ واہ کدی تا زمانہ پوچھے آشیا گلیاں بازار چ بہ کے روندے کیوں ودے درد ہکا کھا گیا ہے نائی جوڑ بازار تے زینب دا بے وس بازار چ آ گئی اگو شام دیاں وس دیاں آیا اور تیا کھنا آ بھین باغی دی جی جی میں نوکر لکھ دفعہ
ਨਾਈਜੜ ਬਾਜ਼ਾਰ ਤੇ ਜ਼ੈਨਬ ਦਾ ਬੇਵਸ ਬਾਜ਼ਾਰ ਚ ਆ ਗਈ ਅੱਗੋਂ ਸ਼ਾਮ ਦੀਆਂ ਵਸਦੀਆਂ ਆਇਆਰ ਤੇ ਆਖਣਾ ਆ ਭੈਣ ਬਾਵੀ ਦੀ ਆ ਅੱਜ ਲੈ ਲੋ ਬਦਲੇ ਜੰਗ ਬਦਾਰ ਵਾਲੇ ਔਲਾਦ ਅਲੀ ਦੀ ਆਇਆ ਗਈ ਲੱਥੀ ਏ ਜਈ ਬਾਰਿਸ਼ ਆਇਆ ਪੱਥਰਾਂ ਦੀ ਵੋ ਬਾਜ਼ਾਰ ਦੀ ਬਦੇਲ ਫਿਜ਼ਾ ਸਦਕਾ ਇੱਕ ਜੁਮਲਾ ਮੈਂ ਮਿੰਬਰ ਭਾਈ ਦੇ ਹਵਾਲੇ ਪੰਜਵਾਂ ਪੁੱਤਰ ਜੰਮਿਆ ਰਾਹਿਬ ਦਾ ਮਦੀਨੇ ਹੁਸੈਨ ਦਾ ਸਲਾਮ ਕਰਨ ਆਇਆ ਜ਼ੌਜਾ ਨਾਲ ਇਸ ਤਰੇ ਜਾਂ ਚਾਰ ਦੀਵਾਰਾਂ ਮਹਿਮਾਨ ਰਹੀ ਟੁਰਨ ਲੱਗਾ ਦੋ ਮੁਹਰਮ ਨੂੰ ਕਰਬਲਾ ਅੱਠ ਮੁਹਰਮ ਦਾ ਡੀਏ ਫੌਜਾਂ ਦੇ ਦਸਤੇ ਕਰਬਲਾ ਆਉਂਦੇ ਖਲਿਨ ਫੌਜ ਦੇ ਵਿੱਚ ਜਿਹੜਾ ਵੱਡਾ ਕਮੀਨਾ ਹੁੰਦਾ ਉਹਦਾ ਨਾਂ ਚਾ ਕੇ ਐਲਾਨ ਕਰਦੇ ਹਨ ਲੋਗੋ ਖੋਲੀ ਆ ਗਈ ਹੈ ਲੋਗੋ ਸ਼ਿਮਿਰ ਆ ਗਈ ਹੈ ਇੱਕ ਫੌਜ ਦਾ ਦਸਤਾ ਕਰਬਲਾ ਚ ਆਇਆ ਤੇ ਯਕਦਮ ਇਲਾਗ ਹੋਇਆ ਲੋਗੋ ਹਸੀਨ ਬਿਨ ਨਮੀਰ ਆ ਗਈ ਹੈ ਢਾਹ ਨਿਕਲੀ ਹੁਸੈਨ ਦੀ ਬੀਬੀਆ ਦੀਏ ਹੁਸੈਨ ਅੱਬਾਸ ਦੇ ਜੀਂਦੇ ਏਡਾ ਉੱਚਾ ਕਿਉਂ ਰੋਨੇ ਸ਼ਬੀਰ ਫਰਮੈਂਦਨ ਭੇਣ ਤੈਨੂੰ ਨਹੀਂ ਪਤਾ ਜਿਹੜਾ ਫੌਜ ਦਾ ਦਸਤਾ ਹੁਣ ਕਰਬਲਾ ਚ ਆਇਆ ਇਹਦੇ ਚ ਮੇਰੇ ਅਕਬਰ ਦਾ ਕਾਤਿਲ ਆ ਗਈ ਹੈ ਸਦਕੇ ਵਾਹ ਵਾਹ ਬਸ ਚੜ੍ਹ ਪਿਆ ਦਾ ਮੁਹਰਮ ਦਾ ਡੀ ਸ਼ਬੀਰ ਅਕਬਰ ਦੀਆਂ ਵੇਲਾਂ ਦੇਵਣੀਆਂ ਸ਼ੁਰੂ ਕੀਤੀਆਂ ਦਾ ਮੁਹਰਮ ਦੀ ਦੀਗਰ ਢੱਲੀਏ ਬੰਦਰਾ ਖਾਰਿਓਂ ਲੈ ਗਿਆ ਮੇਰੀ ਸੈਣ ਹੁਸੈਨ ਦੀ ਲਾਸ਼ 'ਤੇ ਆ ਖੜੀਏ ਰੋ ਕੇ ਦੀ ਹੁਸੈਨ ਤੇਰੀ ਲਾਸ਼ 'ਤੇ ਆਈਆਂ ਹਿੱਕ ਵਹਿਣ ਦੀ ਇਜਾਜ਼ਤ ਮਿਲੀਏ ਹੁਣ ਤੂੰ ਦੱਸ ਮੈਂ ਤੈਨੂੰ ਕੀ ਆਖ ਕੇ ਰੋਵਾਂ ਕੱਪੇ ਗੱਲ 'ਚ ਆ ਜਾਈਏ ਮੈਨੂੰ ਸ਼ਹਿਨ ਸ਼ਾਹ ਮਦੀਨਾ ਆਖ ਕੇ ਰੋ ਮੈਨੂੰ ਰਈਸ ਮਦੀਨਾ ਆਖ ਕੇ ਰੋ ਮੈਂ ਨਵਾਬੇ ਕਰਬਲਾ ਆਖ ਕੇ ਰੋ ਭੇਣ ਭਿਰਾ ਦੀ ਲਾਸ਼ 'ਤੇ ਜਾਣ ਪਈਏ ਰੋ ਕੇ ਆਦੀ ਉੱਠ ਵੇਖ ਤੇ ਦੱਸ ਨਵਾਬਾਂ ਦੀਆਂ ਭੈਣਾਂ ਇੰਜ ਆਉਂਦੀਆਂ ਜਿਵੇਂ ਮੈਂ ਤੇਰੀ ਲਾਸ਼ 'ਤੇ ਆਈ ਖੜੀਆਂ ਮੈਂ ਅਕਬਰ ਦੀ ਜਾਗੀਰ 'ਚ ਜ਼ੇਵਰ ਪਾਈ ਖੜੀਆਂ ਸਦਕੇ ਵਾਹ ਵਾਹ ਬਸ ਅਕਬਰ ਦੀ ਮਾਂ ਆਖਰੀ ਜੁਮਲਾ ਅਕਬਰ ਦੀ ਮਾਂ ਅਕਬਰ ਦੀ ਜੰਜ ਲੈ ਕੇ ਟੁਰ ਪਈ ਮੰਜ਼ਲਾਂ ਤੈਅ ਕਰਦੇ ਹੋਏ ਬਾਜ਼ਾਰ 'ਚ ਆ ਗਏ ਜਾਂਜੀਆਂ ਦਾ ਰਸ਼ ਇਤਨਾ ਵਧਿਆ ਬਾਜ਼ਾਰ 'ਚ ਸਜਾਦ ਛੁੱਟੀ ਦੇ ਉੱਠਦੀ ਮਹਾਰ ਛੋੜ ਦਿੱਤੀ ਏ ਔਰਤਾਂ ਮਕਾਨਾਂ ਦੀਆਂ ਛੱਤਾਂ 'ਤੇ ਲੈ ਪੱਥਰ ਲੈ ਕੇ ਅਕਬਰ ਦੀ ਜੰਜ ਦਾ ਇਸਤਕਬਾਲ ਕੀਤਾ ਰਬੀ ਲਵਲ ਦਾ ਚੰਨ ਚੜ੍ਹ ਪਿਆ ਚੰਨ ਵੇਖ ਕੇ ਰਾਹਿਬ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੌਕਰਾਂ 'ਤੇ ਪੁੱਤਰ ਨੂੰ ਆਦਾ ਹੈ ਮੇਰੇ ਘਰ ਤੋਂ ਲੈ ਕੇ ਗਲੀ ਦੇ ਆਖਰੀ ਨੁੱਕਰ ਤੱਕ ਕਲੀਨਾ ਵਿਛਾਓ ਇੱਕ ਨੌਕਰ ਆਦਾ ਹੈ ਇਹ ਲੋਕ ਖਰਾਬ ਕਰ ਸਨ ਝਿਣਕ ਦੇ ਕੇ ਆਦਾ ਤੁਹਾਨੂੰ ਪਤਾ ਨਹੀਂ ਅਕਬਰ ਦਾ ਵੱਡਾ ਭਿਰਾ ਸਜਾਦ ਬੜਾ ਨਫੀਸ ਏ ਮਤਾ ਕਿਸੇ ਮੰਜ਼ਲ 'ਤੇ ਉਹਦਾ ਪੈਰ ਮਿੱਟੀ 'ਤੇ ਆਵੇ ਮੇਰੀ ਖਿਦਮਤ 'ਚ ਫਰਕ ਆਸੀ ਬਸ ਰੋਣ ਵਾਲਿਓ ਦਾ ਰਬੀਓਲਾ ਵੱਲ ਦਾ ਡੀ ਚੜਿਆ ਰਾਹਿਬ ਘਰ 'ਚ ਆਇਆ ਜ਼ੌਜਾ ਨੂੰ ਆਦਾ ਘਰ ਸਜਾਇਆ ਹੀ ਅਦੀ ਆ ਵਿਖਾਵਾਂ ਵਿਖੈਂਦੀ ਆਈ ਕਮਰੇ ਇਹ ਕਮਰਾ ਅੱਬਾਸ ਦਾ ਇਹ ਕਾਸਿਮ ਦਾ ਇਹ ਅਕਬਰ ਦਾ ਇਹ ਮੌਲਾ ਹੁਸੈਨ ਦਾ ਇੱਕ ਜਾ ਤੇ ਆ ਕੇ ਲਿਬਾਸ ਮੁਤਾਰਫ ਕਰਾਉਣਾ ਸ਼ੁਰੂ ਕੀਤੇ ਤੇ ਰਾਹਿਬ ਹੱਥ ਲਾਉਣ ਲੱਗਾ ਰਾਹਿਬ ਦੀ ਜ਼ਾਲਜਾ ਝਿਣਕ ਦੇ ਕੇ ਅਦੀ ਹੱਥ ਨਾ ਲਾਵੇ ਇਹ ਸੁਰਖ ਲਿਬਾਸ ਹੈ ਲੈਲਾ ਦਾ ਅਕਬਰ ਤੂੰ ਮੁੰਦਰੀ ਪੈਸਾ ਜੇ ਆ ਗਈ ਬਨਰੀ ਅਕਬਰ ਦੀ ਉਹਦੇ ਲੱਖ ਲੱਖ ਸ਼ਗਨ ਮਨੈ ਸਾਂ ਬਸ ਰੋਣ ਵਾਲਿਓ ਰਾਹਿਬ ਨੌਕਰਾਂ ਤੇ ਪੁੱਤਰ ਨੂੰ ਆਦਾ ਤੁਸੀਂ ਜਾਂਦਾ ਇੰਤਜ਼ਾਮਾਤ ਕਰੋ ਮੈਂ ਮਕਾਨ ਦੀ ਛੱਤ 'ਤੇ ਬਹਿ ਕੇ ਕੁਰਾਨ ਦੀ ਤਲਾਵਤ ਕਰੇ ਨਾ ਜੇ ਤੱਕ ਤਲਾਵਤ ਦੀ ਆਵਾਜ਼ ਆਉਂਦੀ ਰਹੇ ਸਮਝਿਆ ਜੰਜ ਨਹੀਂ ਆਈ ਤਲਾਵਤ ਦੀ ਆਵਾਜ਼ ਬੰਦ ਹੋ ਗਈ ਸਮਝਿਆ ਜੰਜ ਆ ਗਈ ਹੈ ਤੁਸੀਂ ਤਿਆਰੀਆਂ ਸ਼ੁਰੂ ਕਰ ਦਿਵਾਏ ਅਕਬਰ ਦੀ ਜੰਜ ਬਾਜ਼ਾਰ 'ਚ ਆਈਏ ਐਲਾਨ ਹੋਇਆ ਪੱਥਰ ਮਾਰੋ ਬਾਗੀ ਆ ਗਏ ਪੱਥਰਾਂ ਦੀ ਵੀ ਭੀੜ ਵਧੀਏ ਮੇਰੀ ਸੈਣ ਮਾਸੂਮਾ ਪਿਓ ਦੀ ਸਾਂਗ ਹਿਲਾ ਕੇ ਦੀਏ ਕੁਰਾਨ ਪੜ ਬਾਬਾ ਰਬਾਬ ਜਣ ਪਈਆ ਹੁਸੈਨ ਦੀ ਸਾਂਗ ਨੇ ਕੁਰਾਨ ਦੀ ਤਲਾਵਤ ਸ਼ੁਰੂ ਕੀਤੀ ਹੈ ਰਾਹਿਬ ਆਪਣਾ ਕੁਰਾਨ ਬੰਦ ਕੀਤਾ ਹੈ ਬਾਜ਼ਾਰ 'ਚ ਆਇਆ ਸ਼ਿਮਰ ਨੂੰ ਆਦਾ ਅੱਜ ਦੀ ਰਾਤ ਸਿਰ ਮੈਂ ਕੁਦੇ ਮੈਂ ਘਿਰ ਘਰ ਗਿਣਵੇਂ ਨਾ ਸ਼ਿਮਰ ਆਦਾ ਇਕੱਲਾ ਸਿਰ ਨਹੀਂ ਕਾਫਲਾ ਸਾਰਾ ਨਾਲ ਏ ਇਹ ਆਦਾ ਮੈਂ ਕਾਫਲਾ ਕਿਆ ਕਰਸਾਂ ਸ਼ਿਮਰ ਆਦਾ ਮੇਰੀ ਮਜਬੂਰੀ ਏ ਜਿੱਥੇ ਸਾਂਗ ਜਾਵੇ ਉਹ ਚਾਰ ਸਾਲ ਦੀ ਮਾਸੂਮਾ ਨਾਲ ਰਹਿੰਦੀ ਏ ਨਾ ਜਾਵੇ ਉੱਚੇ ਵੈਣ ਕਰਦੀ ਏ ਰੋ ਕੇ ਆਦੀ ਏ ਇਕੱਲੀ ਰਹਿ ਗਈਆਂ ਵੇ ਬਾਬਾ ਬਾਬਾ ਮੇਰੇ ਕੰਨ ਦੁੱਖ ਦੇਣ
بابا تیرے دشمن مرین دین بس راہب صدقے بسم اللہ جتھے سان جاوے اے زخمی کنا لینال وین دیئے نہ جاوے اونچا وین کر دیئے رو کے آ دیئے صدقے واہ واہ میں رو کرا جتھے سان جاوے اے چار سال دی معصومہ نال وین دیئے نہ جاوے اونچے وین کریں دیئے رو کے آ دیئے کلی رہ گئی ہمیں بابا میرے کن دکھ لیں راہ پتر نوادہ 60,000 دینار لایا شمیر دی جھولی اچ پا سیر لاہا میری جھولی اچ پا راہب سیر لے کے ٹور پی ہے سجاد دے کول گزرے سجاد تے دیت پیس روکیا دا لوگ پانی رون دین اللہ مان اے قیدی رات رون دے سجاد دے سامنے آ کھل ہے قیدی میرا سلام سیدہ دا چاچا رائب میرا بھی سلام ہوئی اکل مار کیا دا اللہ مان کرا میں ترائے باشالہ تو سجاد نہ ہوئے رائب ٹور پیا اپنے ویڑے چاہے رائب تیز ہو جا دیا اللہ مان کرا آج تاک بردی جان جاوڑی آئی تو قیدی لائے آئے آدھے قیدیاں تو دعا مگوے سو اللہ قیدیاں دی رد نہیں کریں دا نہ لے جڑا کاری اے قرآن سونا پڑھ دے اے قرآن پڑھ سی میرا مولا حسین خوش ہو سی رائب تیز ہو جا دیا رات خواب بٹھائم تبیر دسا کیا لٹھائی رائب تیز ہو جا قدمہ تیاس لا کیا دیا میں لوٹی نٹھی ایک جنج کو پوندی جدا ستی آخا بوی چالے پہ بن رے کس دے آئیو رے تیو تیو کوئی گانے آسے ریا والے مستور ڈٹھی جیندہ ہاتھ پاسے تے رائب جزا جا دیے مائیاں ہو کھانے کھاؤ تواڈی مرضی ٹھنڈے شربت پیو تواڈی مرضی بی بی آدھی کھانیاں دی لوڑ نہیں شربت دی لوڑ نہیں ہو سکے میں رومن دی اجازت دے کربلا میرے نو بھرا مارے گین رائب دی زوجہ ہاتھ بن کے آدھی نو مرا کے جیندی ودیے رومن دی اجازت ملی ہے میری سین حقل مار کے آدھی حسین بین رول گئی حقل مار کے آدھی نانا چاہ ایک دے اکبر دے بابے دن آئے اندھے بھراما دے نا چاہ کے رو میری سین حقل مار کے آدھی حسن میر دویر دوڑ کے آئی آدھی جلدی کر اپنا نا چاہ میں نے کوئی بھول پہ گئن بی بی آدھی زمین تے بے جوال کھول میرے گلچ بھائیں پا اس گلچ بھائیں پائیں حقل مار کے آدھی آئے میں زینب دویر حقل مار کے آدھی اللہ مان کرا تو کیڑی زینب ہے بی بی آدھی سنجان مدینی علی زینب میں آدھی میں نام نے دی میں قرآن تو پوچھنیا مدینہ سین کو قرآن پڑھا قرآن چاہوا سات قدم دور ہوا قرآن ہاتھ تو پرواز کر ویندا قرآن چاہیے سات قدم دورا قرآن ہاتھ تو پرواز کیتا ہے ایک ایک ور کے چوال دی پیا انما یرید اللہ قدمہ تے ہاتھ لا کے دی من گئی تو زینب ہے جے تو زینب ہے تے ایک گل دا جواب دے او کن کیا ہے جندیاں انگلیاں نپ کے آوی ٹرنایا پسی کھایا میں ویک رہیا ای کافل ویچوا نہیں نظر ابا سونے آیا بی بی آدھیا نہ روا میرے مک گئے ماں نہ بھیراں دے جدا شام غریب بایا گئی میری چادر لہ گئی آدھیا اللہ دنا تیرا ضعیف کون ہے آدھیا من کو پوچھ لے کولا بیٹھیے تو رو کے آدھیا تو کون ہے سیدہ دل سنیان میں تیرا پیر سجادہ قدمہ تیا تھلا کے آدھیا جوانی اچداری چھٹی ہو گیا سیدہ رات رو کے آدھیا ڈٹھی ماں ٹور